ਮੈਨੂੰ 1.5 ਮਹੀਨੇ ਤੋਂ ਹੈਮਰੋਇਡ ਦੀ ਪ੍ਰੋਬਲਮ ਆ ਰਹੀ ਸੀ, ਬਹੁਤ ਜ਼ਿਆਦਾ ਜਲਨ ਹੋ ਰਹੀ ਸੀ। ਉਸ ਤੋਂ ਬਾਅਦ ਮੈਂ ਯੂਟਿਊਬ 'ਤੇ ਥੋੜ੍ਹਾ ਬਹੁਤ ਸਰਚ ਕੀਤਾ, ਕਿਸੇ ਤੋਂ ਸੁਜੈਸ਼ਨ ਲਿੱਤੀ ਕਿ ਲੇਜ਼ਰ ਸਰਜਰੀ ਬਾਰੇ ਕੁਛ ਪਤਾ ਕੀਤਾ, ਅਤੇ ਲੇਜ਼ਰ ਸਰਜਰੀ ਤੋਂ ਬਾਅਦ ਕੋਈ ਵੀ ਪੇਨ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ, ਸੇਮ ਡੇ ਹੀ ਤੁਹਾਨੂੰ ਛੁੱਟੀ ਦੇ ਦਿੱਤੀ ਜਾਂਦੀ ਆ। ਮੈਂ ਮੋਗਾ ਤੋਂ ਬਿਲੋਂਗ ਕਰਦਾ ਜੀ, ਅਤੇ ਮੈਨੂੰ 1.5 ਮਹੀਨੇ ਤੋਂ ਹੈਮਰੋਇਡ ਦੀ ਪ੍ਰੋਬਲਮ ਆ ਰਹੀ ਸੀ, ਬਹੁਤ ਜ਼ਿਆਦਾ ਜਲਣ ਹੋ ਰਹੀ ਸੀ, ਉੱਠਣਾ ਬੈਠਣਾ ਚੱਲਣਾ ਬਹੁਤ ਜ਼ਿਆਦਾ ਹੀ ਦਿੱਕਤ ਫੀਲ ਹੋ ਰਹੀ ਸੀ। ਉਸ ਤੋਂ ਬਾਅਦ ਮੈਂ ਯੂਟਿਊਬ 'ਤੇ ਥੋੜ੍ਹਾ ਬਹੁਤ ਸਰਚ ਕੀਤਾ, ਕਿਸੇ ਤੋਂ ਸੁਜੈਸ਼ਨ ਲਿੱਤੀ ਕਿ ਲੇਜ਼ਰ ਸਰਜਰੀ ਬਾਰੇ ਕੁਛ ਪਤਾ ਕੀਤਾ, ਅਤੇ ਉਸ ਤੋਂ ਬਾਅਦ ਮੈਂ ਜਲੰਧਰ ਵਿਜ਼ਿਟ ਕੀਤਾ, ਜਸਮੀਤ ਸਿੰਘ ਆਲੂਵਾਲੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਅਤੇ ਉਹਨਾਂ ਨੇ ਕਿਹਾ ਕਿ ਲੇਜ਼ਰ ਸਰਜਰੀ ਕਰਵਾਓ ਬੈਟਰ ਆ, ਅਤੇ ਲੇਜ਼ਰ ਸਰਜਰੀ ਤੋਂ ਬਾਅਦ ਕੋਈ ਵੀ ਪੇਨ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ, ਸੇਮ ਡੇ ਹੀ ਤੁਹਾਨੂੰ ਛੁੱਟੀ ਦੇ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਬਸ ਜ਼ਿਆਦਾ ਨਹੀਂ, ਬਸ 1-2 ਦਿਨ ਵਿੱਚ ਹੀ ਬਿਲਕੁਲ ਬੰਦਾ ਬਿਲਕੁਲ ਰਿਲੀਫ ਹੋ ਜਾਂਦਾ। ਜੇਕਰ ਕਿਸੇ ਨੂੰ ਵੀ ਕੋਈ ਹੈਮਰੋਇਡ ਦੀ ਪ੍ਰੋਬਲਮ ਆ, ਉਹ ਇੱਥੇ ਸਟਾਰ ਹੋਸਪਿਟਲ ਜਾ ਸਕਦਾ ਹੈ, ਇੱਥੋਂ ਦਾ ਸਟਾਫ ਬਹੁਤ ਵਧੀਆ ਜੀ, ਕਿਉਂਕਿ ਬੈਸਟ ਹੋਸਪਿਟਲ ਹੈ, ਇਹ ਗੁਰੂ ਨਾਨਕ ਮਿਸ਼ਨਰੀ ਚੌਂਕ ਦੇ ਬਿਲਕੁਲ ਸਾਹਮਣੇ ਹੀ ਹੈ।